ਤੇ ਟੋਲ ਵਗੀਦਾ ਓਏ ਕਿਤੇ ਸਿਮਰ ਪੰਜਾਬੀ ਸਿਨੇਮਾ ਨੂੰ ਮੋੜ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਦੇ ਸਿਰ ਸਜਦਾ ਤੇ ਇਹ ਬਾਲੀਵੁੱਡ ਤੋਂ ਪੰਜਾਬੀ ਸਿਨੇਮਾ ਵੱਲ ਉਦੋਂ ਆਏ ਜਦੋਂ ਇਹਨਾਂ ਦਾ ਕਰੀਅਰ ਬਤੌਰ ਸਿਨੇਮਟੋਗ੍ਰਾਫਰ ਬਾਲੀਵੁੱਡ ਵਿੱਚ ਆਪਣੇ ਪੂਰੇ ਸ਼ਬਾਬ ਤੇ ਸੀ ਸਾਡੇ ਨਾਲ ਮਨਮੋਹਨ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਮੰਜੀ ਕਹਿੰਦੇ ਨੇ ਉਹਨੇ ਜੀ ਆਇਆਂ ਨੂੰ ਮੰਜੀ ਕੀ ਹਾਲ ਹੈ ਥੈਂਕ ਯੂ ਜੀ ਬਹੁਤ ਖੁਸ਼ੀ ਹੈ ਤੁਹਾਡੇ ਨਾਲ ਇੱਥੇ ਮਿਲ ਕੇ ਮੰਜੀ ਪਹਿਲਾ ਤੇ ਸਵਾਲ ਇਹ ਆਉਂਦਾ ਹੈ ਕਿ ਤੁਸੀਂ ਪੂਰੇ ਸ਼ਬਾਬ ਤੇ ਜਦੋਂ ਸੀ ਮੋਟਰ ਸਿਨੇਮਟੋਗ੍ਰਾਫਰ ਯਸ਼ ਰਾਜ ਕੈਂਪ ਨਾਲ ਤੁਹਾਡੀ ਬੜੀ ক্লোਜ਼ ਐਸੋਸੀਏਸ਼ਨ ਗੁਜਾਰ ਸਾਹਿਬ ਨਾਲ ਤੁਸੀਂ ਕੰਮ ਕਰ ਰਹੇ ਸੀ ਉਦੋਂ ਪੰਜਾਬੀ ਸਿਨੇਮਾ ਵੱਲ ਆਣਾ ਅੱਜ ਲੱਗਦਾ ਹੈ ਕਿ ਉਹ ਜਿਹੜਾ ਫੈਸਲਾ ਸੀ ਕਿ ਤਨਾ ਕਿਤੇ ਸਹੀ ਰਿਹਾ ਜੀ ਅੱਜ ਮੈਂ ਕਹਿ ਸਕਦਾ ਕਿ ਉਹ ਜਿਹੜਾ ਫੈਸਲਾ ਸੀ ਉਹ ਸਹੀ ਰਿਹਾ ਹਾਲਾਂਕਿ ਜਿਹੜੀ ਫੈਸਲੇ ਦੀ ਗੱਲ ਹੈ ਉਹ ਫੈਸਲਾ ਕਰਨਾ ਬਹੁਤ ਮੁਸ਼ਕਲ ਸੀ ਉਸ ਵੇਲੇ ਕਿਉਂਕਿ ਬਾਲੀਵੁੱਡ ਛੱਡ ਕੇ ਆਉਣਾ ਔਰ ਇੱਕ ਇਸ ਫੀਲਡ ਦੇ ਵਿੱਚ ਆਉਣਾ ਜਿਹੜਾ ਕਿ ਉਸ ਵੇਲੇ ਆਲਮੋਸਟ ਨਾਨ ਐਗਜ਼ਿਸਟੈਂਸੀ ਔਰ ਬਿਲਕੁਲ ਜਿਵੇਂ ਕਹਿੰਦੇ ਨੇ ਨਾ ਕਿ ਨੇਰੇ ਤੀਰ ਚੜਾਉਣ ਵਾਲੀ ਗੱਲ ਸੀ ਕਿਉਂਕਿ ਜਿਹੜਾ ਉਸ ਵੇਲੇ ਦਾ ਪੰਜਾਬੀ ਸਿਨੇਮਾ ਸੀ ਮੈਂ 90s ਦੀ ਗੱਲ ਕਰ ਰਿਹਾ ਲੇਟ 90s ਦੀ ਫੁੱਲ 90s ਕਿਉਂਕਿ ਟੈਰਰਿਜ਼ਮ ਤੋਂ ਬਾਅਦ ਸਾਡੇ ਹਾਲਾਤ ਖਰਾਬ ਰਹੇ ਸੋ ਸਾਡਾ ਸਿਨੇਮਾ ਆਲਮੋਸਟ ਖਤਮ ਹੋ ਗਿਆ ਸੀ ਉਦੋਂ ਔਰ ਉਸ ਦੌਰਾਨ ਇਹ ਬਾਲੀਵੁੱਡ ਛੱਡ ਕੇ ਇਸ ਪਾਸੇ ਆਉਣਾ ਇਹ ਮਤਲਬ ਐਸਾ ਡਿਸੀਜਨ ਹੈ ਜੇ ਮੈਂ ਤੁਹਾਨੂੰ ਕੁਝ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਬਹੁਤ ਟਾਈਮ ਲੱਗਿਆ ਇਸ ਲਈ ਮੈਨੂੰ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਲੇਕਿਨ ਅਲਟੀਮੇਟਲੀ ਜਿਹਨੂੰ ਕਹਿੰਦੇ ਨੇ ਕਿ ਅੰਦਰੋਂ ਬੋਲਿਆ ਕਿ ਨਹੀਂ ਅਸੀਂ ਯਾ ਵੀ ਇੰਡਸਟਰੀ ਲਈ ਕੁਛ ਨਾ ਕੁਛ ਕਰੀਏ ਪੰਜਾਬੀ ਸਿੰਧ ਲਈ ਕਰੀਏ ਇਸ ਵਲ ਅਸੀਂ ਪੰਜਾਬੀਆਂ ਨੇ ਉਹਨਾਂ ਧਿਆਨ ਨਹੀਂ ਦਿੱਤਾ ਜਿਵੇਂ ਕਹਿੰਦੇ ਨਾ ਅਸੀਂ ਹਰ ਪਾਸੇ ਮੱਲਾ ਮਾਰੀਆਂ ਪਰ ਇਹ ਕਿਹਦਾ ਫੀਲ ਚੀ ਜਿਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਬਹੁਤ ਪਿੱਛੇ ਰਹਿ ਗਏ ਸੀ ਪਿੱਛੇ ਨਹੀਂ ਬਹੁਤ ਜ਼ਿਆਦਾ ਪਿੱਛੇ ਰਹਿ ਗਏ ਸੀ ਕਿ ਸੋਚੇ ਨਹੀਂ ਸੀ ਸ਼ਾਇਦ ਸਾਨੂੰ ਲੱਗਦਾ ਸੀ ਕਿ ਸ਼ਾਇਦ ਇੰਪੋਰਟੈਂਟ ਨਹੀਂ ਹੈ ਸ਼ਾਇਦ ਸਾਨੂੰ ਇਸ ਕਰਕੇ ਲੱਗਦਾ ਸੀ ਕਿ ਇਨਵੈਸਟਮੈਂਟ ਸਾਡੀ ਬਹੁਤ ਹੁੰਦੀ ਹੈ ਸ਼ਾਇਦ ਉਹ ਪੂਰੀ ਨਹੀਂ ਹੋਏਗੀ ਸੋ ਰੀਜਨਸ ਕਈ ਵੀ ਹੋ ਸਕਦੇ ਆ ਪਰ ਇੱਕ ਆਇਰਨੀ ਨਹੀਂ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਨੇ ਹਿੰਦੀ ਸਿਨੇਮਾ 'ਚ ਜਾ ਕੇ ਮੱਲਾਪੂਰੀਆਂ ਮਾਰੀਆਂ ਪਰ ਪੰਜਾਬੀ ਸਿਨੇਮਾ ਨੂੰ ਉਨੀ ਤਵੱਜੋ ਨਹੀਂ ਦੇ ਸਕੇ ਦੇਖੋ ਇਹ ਬੈਕ ਕਿਸ ਨੂੰ ਬਲੇਮ ਨਹੀਂ ਕਰ ਸਕਦੇ ਅਸੀਂ ਪੰਜਾਬੀ ਉੱਥੇ ਕਾਮਯਾਬ ਹੋਏ ਨੇ ਮਤਲਬ ਇੱਕ ਕਾਲ ਸੀ ਜਦੋਂ ਸਾਰਾ ਲਾਹੌਰ ਸ਼ਿਫਟ ਹੋ ਕੇ ਜਦੋਂ ਬੰਬੇ ਗਿਆ ਉਹ ਸਾਰਾ ਬੇਸਿਕਲੀ ਇਸੇ ਕਰਕੇ ਪੰਜਾਬੀਆਂ ਦਾ ਦਬ ਦਬ ਰਿਹਾ ਕਿਉਂਕਿ ਬੇਸਿਕ ਇੰਡਸਟਰੀ ਲਾਹੌਰ ਸੀ ਪਹਿਲਾਂ ਲਾਹੌਰ ਤੋਂ ਜਦੋਂ ਬੰਬੇ ਸ਼ਿਫਟ ਹੋਏ ਤਾਂ ਸਾਰੇ ਪੰਜਾਬੀ ਸੀ ਸੋ ਇਹ ਡੋਮੀਨੇਟ ਕਰਦੇ ਸੀ ਉੱਥੋਂ ਸੋ ਉੱਥੇ ਜਦੋਂ ਸਟੈਬਲਿਸ਼ ਹੋਇਆ ਖਿੰਦੀ ਸਿੰਧ ਵਿੱਚ ਹਿੰਦੀ ਮਤਲਬ ਲੈਂਗੁਏਜ ਦੇ ਵਿੱਚ ਜਦੋਂ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਉਹਦਾ ਸਕੇਲ ਬਹੁਤ ਵੱਡਾ ਹੈ ਉਹਦੇ ਰਿਟਰਨਸ ਬਹੁਤ ਜ਼ਿਆਦੀਆਂ ਨੇ ਕਿਉਂਕਿ ਆਪਣੇ ਆਪ 'ਚ ਬਹੁਤ ਵੱਡਾ ਬਿਜ਼ਨਸ ਹੈ ਇਹ ਕੋਈ ਛੋਟੀ ਕਿਤਾਬ ਵਾਲੀ ਤਾਂ ਗੱਲ ਹੈ ਨਹੀਂ ਕਿ ਮੈਂ ਕਿਤਾਬ ਲਿਖਤੀ ਹੈ ਕੋਈ ਪੜੇ ਜਾਂ ਨਾ ਪੜੇ ਇਹ ਇੱਕ ਬਿਜ਼ਨਸ ਹੈ ਕਿਉਂਕਿ ਬਹੁਤ ਇਨਵੈਸਟਮੈਂਟ ਲੱਗਦੀ ਹੈ ਤੇ ਉਹ ਜੋ ਤੱਕ ਨਹੀਂ ਪੂਰੀ ਹੋਏਗੀ ਤੇ ਗੱਲ ਨਹੀਂ ਬਣੇਗੀ ਤੇ ਹੋ ਸਕਦਾ ਹੈ ਕਿ ਉਹ ਜਿਹੜੇ ਸਾਡੇ ਪੰਜਾਬੀ ਇੱਥੋਂ ਗਏ ਸੀਗੇ ਉਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਅਸੀਂ ਜੇ ਇਨਵੈਸਟ ਕਰਦੇ ਹਾਂ ਹੈਵੀਲੀ ਤੋਂ ਸ਼ਾਇਦ ਸਾਨੂੰ ਅੱਜ ਪੂਰਾ ਨਹੀਂ ਹੋਏਗਾ ਤੇ ਮਨਜੀ ਤੁਸੀਂ ਕੁਲਜਾਰ ਸਾਹਿਬ ਨਾਲ ਬੜੀ ਕਲੋਸਲੀ ਕੰਮ ਕੀਤਾ ਹੈ ਯਾ ਜੀ ਨਾਲ ਬੜਾ ਕਲੋਸਲੀ ਕੰਮ ਕੀਤਾ ਹੈ ਕਿਸ ਦਾ ਇਮਪੈਕਟ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੰਮ ਵਿੱਚ ਨਜ਼ਰ ਆਂਦਾ ਹੈ ਜਾਂ ਸਿਰਫ ਮਨਮੋਹਨ ਸਿੰਘ ਜੀ ਦਾ ਆਪਣਾ ਜੋ ਹੈ ਉਹ ਨਜ਼ਰ ਆਂਦਾ ਹੈ देखो जिथे इंसान काम ਕਰਦਾ ਉਥੋਂ ਕੁਛ ਨਾ ਕੁਛ ਤੇ ਲੈ ਕੇ ਆਉਂਦਾ ਇਹ ਇਹ ਹੋ ਹੀ ਨਹੀਂ ਸਕਦਾ ਅਰ ਸਪੈਸ਼ਲੀ ਕੁਝ ਐਸੇ ਸ਼ਖਸੀਤਾਂ ਨਾਲ ਜਿਹੜੀਆਂ ਕਿ ਐਡੀਆਂ ਵੱਡੀਆਂ ਹੋਣ ਸਿਨੇਮੇ ਦੀਆਂ ਦੋ ਵੱਡੀਆਂ ਸ਼ਖਸੀਅਤ ਯਸ਼ਜੀ ਤੇ ਗੁਲਜ਼ਾਰ ਸਾਹਿਬ ਮਤਲਬ ਇਹ ਇਹਨਾਂ ਦੋਨਾਂ ਦਾ ਤੁਸੀਂ ਲੰਬੇ ਅਰਸੇ ਦਾ ਕੰਮ ਕਰੋ ਉਹ ਲੈ ਕੇ ਨਾ आओ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਜੀ ਸੋ اور ਬਾਕੀ ਵੀ ਬੜੇ ਡਾਇਰੈਕਟਰਜ਼ ਨਾਲ ਕੰਮ ਕੀਤਾ ਮੈਂ ਮੇਰੀ ਸ਼ੁਰੂਆਤ ਰਾਜਕਪੂਰ ਸਾਹਿਬ ਦੀ ਪਹਿਲੀ ਫਿਲਮ ਜਿਹੜੀ ਸਤਿਮ ਸ਼ਮ ਸੁੰਦਰਮ ਸੀ ਉਸ ਤੋਂ ਹੋਈ ਸੋ ਉੱਥੋਂ ਵੀ ਦਿਲ ਖੁੱਲਿਆ ਇੱਕ ਸਕੇਲ ਦੇ ਉੱਤੇ ਕੰਮ ਕਰਨ ਦਾ ਮੌਕਾ ਮਿਲਦਾ ਕਿਉਂਕਿ ਕੰਮ ਕਰਨਾ ਇੱਕ ਫਿਲਮ ਬਣਾਉਣਾ ਇੱਕ ਸਕੇਲ ਵੱਡੀ ਸਕੇਲ ਉੱਤੇ ਕੰਮ ਕਰਨਾ ਇਹਨਾਂ ਸਾਰੀਆਂ ਵਿੱਚ ਥੋੜਾ ਥੋੜਾ ਫਰਕ ਹੈ ਕਾਫੀ ਫਰਕ ਹੈ ਸੋ ਇਹ ਸਾਰਾ ਕੁਝ ਇਹਨਾਂ ਵੱਡਿਆਂ ਲੋਕਾਂ ਨਾਲ ਬਹਿ ਕੇ ਸਿੱਖਿਆ ਉਹਨਾਂ ਦੀ ਟੈਕਨੀਕ ਸਿੱਖੀ ਉਹ ਕਿਵੇਂ ਕੰਮ ਕਰਦੇ ਆ ਉਹ ਕਿਵੇਂ ਕਹਾਣੀਆਂ ਬਣਾਉਂਦੇ ਕਿਵੇਂ ਸਕ੍ਰਿਪਟ ਕਰਦੇ ਨੇ ਤੇ ਇਹਦੇ ਵਿੱਚ ਤੁਸੀਂ ਕੀ ਮੰਨੋਗੇ ਕਿ ਯੂ ਆਰ ਅ ਬੈਟਰ ਡਾਇਰੈਕਟਰ অর ਅ ਬੈਟਰ ਸਿਨੇਮਟੋਗ੍ਰਾਫਰ ਦੇਖੋ ਸਿਨੇਮਟੋਗ੍ਰਾਫਰ ਤੇ ਮੈਂ ਵਧੀਆ ਰਿਆ ਵਧੀਆ ਇਨ ਦਾ ਸੈਂਸ ਕਿ ਵਧੀਆ ਡਾਇਰੈਕਟਰਸ ਮੇਰੇ ਕੋਲੇ ਆਉਂਦੇ ਰਹੇ ਉਹਨਾਂ ਦੇ ਅਪਰੋਚ ਵਿੱਚ ਮੇਰੀ ਬੜੀ ਇੱਜ਼ਤ ਪੱਖੀ ਉਹਨਾਂ ਨੇ ਸੋਚ ਕਰਕੇ ਮੈਂ ਕਹਿ ਸਕਦਾ ਕਿ ਕਿਉਂਕਿ ਅਵਾਰਡ ਜਿੱਤੇ ਕਾਫੀ ਕਿ ਮੈਂ ਐਜ਼ ਸਿਨੇਮਟੋਗ੍ਰਾਫਰ ਕਾਮਯਾਬੀ ਉੱਤੇ ਲੇਕਿਨ ਐਜ਼ ਡਾਇਰੈਕਟਰ ਇੱਕ ਨਵੀਂ ਫੀਲਡ ਵਿੱਚ ਆ ਕੇ ਇੱਕ ਨਵੇਂ ਰੀਜਨਲ ਰੀਜਨਲ ਸਿਨੇਮਾ ਵਿੱਚ ਆ ਕੇ ਜੋ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਉਸ ਨੂੰ ਉਹਦੇ ਮਿਆਰ ਨੂੰ ਚਖ ਕੇ ਉਹਦੀ ਰਿਪਰੈਜੈਂਟੇਸ਼ਨ ਇਸ ਤਰ੍ਹਾਂ ਦੀ ਹੋਵੇ ਕਿ ਲੋਕਾਂ ਨੂੰ ਇਹ ਲੱਗਣ ਲੱਗੇ ਕਿ ਯਾਰ ਸਾਡਾ ਲੈਵਲ ਵੀ ਇਹ ਹੋ ਸਕਦਾ ਸਰਦਗੀਆਂ ਫਿਲਮਾਂ ਵੀ ਹਿੰਦੀ ਨਾਲ ਕੰਪੈਰੀਜ਼ਨ ਕੀਤੀਆਂ ਜਾ ਸਕਦੀਆਂ। ਸੋ ਇਹ ਜਿਹੜਾ ਡਿਫਰੈਂਸ ਸੀ ਜਿਹੜਾ ਬਹੁਤ ਵੱਡਾ ਉਸ ਨੂੰ ਘਟ ਕਰਨ ਦੇ ਵਿੱਚ ਜਿਹੜਾ ਸਾਡਾ ਮੇਰੇਜ ਕੰਟਰੀਬਿਊਸ਼ਨ ਹੈ ਤਾਂ ਮੈਂ ਉਹਨੂੰ ਜ਼ਰੂਰ ਕਹਾਂਗਾ ਕਿ ਹਾਂ ਉਹ ਅਸੀਂ ਜ਼ਰੂਰ ਕੀਤਾ ਹੈ। ਜੇ ਅਸੀਂ ਗੱਲ ਕਰੀਏ ਹੋਰ ਫਿਲਮਾਂ ਡਰ ਵੀ ਰਹੀ ਹੈ ਪਰ ਚਾਂਦੀ ਤੇ ਲਮਹੇ ਉਹ ਬਕਾਇਦਗੀ ਨਾਲ ਕਿਹਾ ਜਾ ਸਕਦਾ ਹੈ ਕਿ ਇੱਕ ਸਿਨੇਮਟੋਗ੍ਰਾਫਰ ਦੀ ਫਿਲਮ ਮਤਲਬ ਜਿਸ ਖੂਬਸੂਰਤੀ ਨਾਲ ਉਸ ਦੇ ਵਿੱਚ ਹਰ ਇੱਕ ਸੀਨਰੀ ਆਪਣੇ ਆਪ ਵਿੱਚ ਵੱਖਰੀ ਲੱਗਦੀ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਅੱਖ ਸੀ ਉਸ ਨੂੰ ਪਰਖਣ ਵਾਲੀ ਭਾਵੇਂ ਉਹ ਡਾਇਰੈਕਟਰਸ ਦੀ ਗਾਈਡੈਂਸ ਜ਼ਰੂਰ ਰਹੀ ਪਰ ਉਹ ਅੱਖ ਉਹਨੂੰ ਪਰਖਣ ਵਾਲੀ ਜਿਹੜੀ ਸੀ ਉਹ ਤੁਹਾਡੇ ਕੰਮ ਜਦੋਂ ਪੰਜਾਬੀ ਸਿਨੇਮਾ ਵਿੱਚ ਬਿਨ ਬਿਨ ਡਾਇਰੈਕਟਰ ਤੁਸੀਂ ਆਏ ਤੇ ਉਸ ਅੱਖ ਨੇ ਇੱਥੇ ਵੀ ਇਥੋਂ ਦੀ ਖੂਬਸੂਰਤੀ ਜਿਹੜੀ ਬਾਲੀਵੁੱਡ ਵਿੱਚ ਨਜ਼ਰ ਆਉਂਦੀ ਸੀ ਪਰ ਪੰਜਾਬੀ ਫਿਲਮਾਂ ਵਿੱਚ ਦੇਖਣ ਵਿੱਚ ਵੀ ਸਾਹ ਹੀ ਰਹੀ ਹੈ ਦੇਖੋ ਇਹ ਬੜਾ ਸੁਭਾਵਿਕ ਹੈ ਕਿ ਜੀ ਉਸੀ ਉਥੇ ਫੋਟੋਗ੍ਰਾਫੀ ਜਾਂ ਵਿਜ਼ੂਅਲ ਜਿਹੜੇ ਨੇ ਜਿਹੜੇ ਬਾਲੀਵੁੱਡ ਚ ਕੈਪਚਰ ਕੀਤੇ ਉਹਨਾਂ ਫਿਲਮਾਂ ਦੇ ਉਹ ਜੇ ਪੰਜਾਬੀ ਚ ਨਜ਼ਰ ਨਹੀਂ ਆਉਂਦੇ ਤਾਂ ਕਿਉਂ ਕਿਉਂ ਨਹੀਂ ਆਏ ਇਹ ਤਾਂ ਸਵਾਲ ਉੱਠਣਾ ਸੀ ਲੇਕਿਨ ਉਹੀ ਤਾਂ ਹੈ ਕਿ ਜਿਹੜਾ ਮੈਂ ਦੱਸ ਰਿਹਾ ਕਿ ਜਿਹੜਾ ਸਾਡਾ ਫਰਕ ਆਇਆ ਪੰਜਾਬੀ ਸਿਨੇਮੇ ਦੀ ਜਿਹੜੀ ਗਰੋਥ ਆਈ ਔਰ ਜਿਹੜੀ ਉਸ ਤਰ੍ਹਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਸੀ ਲੋਕਾਂ ਨੇ ਜੀ ਆਇਆਂ ਨੂੰ ਫਿਲਮ ਪਹਿਲੀ ਦੇਖੀ ਮੈਨੂੰ ਯਾਦ ਹੈ ਇੱਥੇ ਫਰਸਟ ਡੇ ਦੀ ਗੱਲ ਕਰਦਾ ਮੈਂ ਜਗਤ ਸਿੰਘ ਮੱਤ ਲੱਗੀ ਸੀ ਚੰਡੀਗੜ੍ਹ ਪਹਿਲੇ ਸ਼ੋਅ 'ਚ ਕੋਈ ਬਹੁਤ ਜ਼ਿਆਦਾ ਰਸ਼ ਨਹੀਂ ਸੀ ਬਿਕੋਜ਼ ਪੰਜਾਬੀ ਫਿਲਮਾਂ ਲੋਕੀ ਜਾਂਦੇ ਨਹੀਂ ਸੀ ਉਹਨਾਂ ਤਰ੍ਹਾਂ ਦੇਖਦੇ ਨਹੀਂ ਸੀ। ਔਰ ਪੰਜਾਬੀ ਫਿਲਮ ਜਦੋਂ ਖਤਮ ਹੋਈ ਤਾਂ ਮੈਂ ਬਾਹਰ ਨਿਕਲਿਆ ਤਾਂ ਆਡੀਅנס ਵਿੱਚੋਂ ਮਤਲਬ ਉਹ ਜਿਹਨੂੰ ਕਹਿੰਦੇ ਨੇ ਨਾ ਕਿ ਦੇ ਕਨ ਬਲੀਵ ਕਿ ਯਾਰ ਇੰਨੀ ਖੂਬਸੂਰਤ ਫਿਲਮ ਪੰਜਾਬੀ 'ਚ ਵੀ ਬਣ ਸਕਦੀ ਹੈ। ਤੁਸੀਂ ਸਕਸੈਸ ਨੂੰ ਜਿਹਨੂੰ ਕਹਿੰਦੇ ਬੜੀ ਹਲੀਮੀ ਨਾਲ ਲੈਂਦਾ ਹੈ। ਕ੍ਰਿਟਿਸਿਜ਼ਮ ਨੂੰ ਕਿਦਾਂ ਤੁਸੀਂ ਲੈਂਦੇ? ਦੇਖੋ ਦੋ ਤਰ੍ਹਾਂ ਦੇ ਕ੍ਰਿਟਿਸਿਜ਼ਮ ਹੁੰਦੇ ਆ। ਕ੍ਰਿਟਿਕਾਈਜ਼ ਕਰ ਦੇਣਾ ਲੇਕਿਨ ਫਿਰ ਉਸ ਨੂੰ ਮੈਂ ਖੁਦ ਆਪਣੇ ਤਰ੍ਹਾਂ ਦੇ ਜੱਜ ਕਰਦਾ ਜਿਵੇਂ ਕਿਸੇ ਮੈਂ ਪਹਿਲੀ ਫਿਲਮ ਬਣਾਈ ਜੀ ਆਇਆਂ ਨੂੰ ਉਸ ਤੋਂ ਬਾਅਦ ਦੂਸਰੀ ਫਿਲਮ ਸਾਨੂੰ ਮਾਣ ਵਤਨਾ ਦਾ ਮੇਰੇ ਹਿਸਾਬ ਨਾਲ ਉਹ ਵੀ ਉਨੀ ਹੀ ਖੂਬਸੂਰਤ ਫਿਲਮ ਹੈ ਲੇਕਿਨ ਕ੍ਰਿਟਿਸਾਈਜ਼ ਕਰਨ ਵਾਲੇ ਕਈਆਂ ਨੇ ਇਹ ਕਹਿਤਾ ਜੀ ਇਹ ਤਾਂ ਲੋ ਇਹ ਤਾਂ ਵੀ ਜੀ ਆਇਆਂ ਨੂੰ ਵਰਗੀ ਫਿਲਮ ਹੋਰ ਬਣਾਤੀ ਦੇਖੋ ਇਹ ਵੀ ਕ੍ਰਿਟਿਸਿਸਮ ਹੈ ਜਾਂ ਉਸ ਤੋਂ ਬਾਅਦ ਮੈਂ ਕੁਝ ਫਿਲਮ ਬਣਾਈ ਫਿਰ ਕਹਿਣ ਲੱਗੇ ਨੇ ਜੀ ਤੇ ਬਾਹਰੀਆਂ ਫਿਲਮਾਂ ਸਬਜੈਕਟਸ ਤੇ ਜ਼ਿਆਦਾ ਕੰਮ ਕਰਦੇ ਹਾਲਾਂਕਿ ਐਸੀ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਮੈਂ ਯਾਰਾਂ ਨਾਲ ਬਾਹਰਾਂ ਬਣਾਈ ਮਿੱਟੀਵਾਜਾਂ ਮਾਰਦੀ ਬਣਾਈ ਸਾਰੀਆਂ ਇੱਥੋਂ ਦੀਆਂ ਫਿਲਮਾਂ 'ਚ ਮੇਰਾ ਪਿੰਡ ਮਾਈ ਹੋਮ ਬਣਾਈ ਇਹ ਇੱਥੋਂ ਦੇ ਸਬਜੈਕਟਸ ਨੇ ਸੋ ਉਹ ਗਲਤ ਕ੍ਰਿਟਿਸਿਜ਼ਮ ਜਿਹੜਾ ਹੈ ਉਸ ਨੂੰ ਮੈਂ ਨਹੀਂ ਲੈਂਦਾ ਹਾਂ ਜੀ ਲੇਕਿਨ ਜਿਹੜਾ ਹੈਲਦੀ ਕ੍ਰਿਟਿਸਿਜ਼ਮ ਹੈ ਉਸ ਨੂੰ ਮੈਂ ਜ਼ਰੂਰ ਉਹਦੇ ਬਾਰੇ ਮੈਂ ਜ਼ਰੂਰ ਸੋਚਦਾ ਕਿ ਜੇ ਕਿਸੇ ਨੇ ਕੋਈ ਗੱਲ ਕੀਤੀ ਹੈ ਤਾਂ ਕਿਉਂ ਕੀਤੀ ਹੈ ਉਹਦੇ ਦੇ ਥੋੜਾ ਜਿਹਾ ਵਰਕ ਕੀਤਾ ਜਾਏ ਮਨ ਜੀ ਆਪਣੀ ਕੋਈ ਫਿਲਮ ਵੇਖਣ ਤੋਂ ਬਾਅਦ ਕਰੀ ਅਜਿਹਾ ਹੋਇਆ ਜਾਂ ਕੋਈ ਬਤੌਰ ਸਿਨੇਮਟੋਗ੍ਰਾਫਰ ਹੋਵੇ ਜਾਂ ਬਤੌਰ ਡਾਇਰੈਕਟਰ ਹੋਵੇ ਜਦੋਂ ਤੁਸੀਂ ਆਪਣੇ ਆਪ ਤੇ ਸਵਾਲੀਆ ਨਿਸ਼ਾਨ ਚੁੱਕੇ ਹੋ ਜਾਂ ਸੋਚਿਆ ਹੋਵੇ ਕਿ ਯਾਰ ਇਹ ਨਹੀਂ ਸੀ ਮਚਾਉਂਦਾ ਫਿਲਮ ਦੇ ਉੱਤੇ ਤਾਂ ਸਵਾਲੀਆ ਨਿਸ਼ਾਨ ਮੇਰੇ ਨਹੀਂ ਇਹ ਲੇਕਿਨ ਉਹਦੇ ਸਬਜੈਕਟਸ ਉੱਤੇ ਜਾਂ ਲੋਕਾਂ ਦੇ ਰਿਐਕਸ਼ਨਸ ਉੱਤੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਤੇ ਉਹਦੇ ਬਾਰੇ ਕਈ ਵਾਰ ਸੋਚੀਦਾ ਵੀ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕ੍ਰਿਟਿਸਿਜ਼ਮ ਦੀ ਗੱਲ ਕਰ ਰਹੇ ਸੀ ਲੋਕੀ ਕ੍ਰਿਟਿਸਾਈਜ਼ ਕਰਦੇ ਆ ਮੈਂ ਕਹਿੰਦਾ ਹੈਲਦੀ ਕ੍ਰਿਟਿਸਿਜ਼ਮ ਬਹੁਤ ਵਧੀਆ ਉਹਤੇ ਮੈਂ ਵੀ ਬੈ ਕੇ ਦੇਖਾਂਗਾ ਕਿ ਮੈਂ ਕੀ ਗਲਤ ਬਣਾਇਆ ਕੀ ਗਲਤ ਸੀਗਾ ਲੇਕਿਨ ਜੇ ਉਹ ਗਲਤ ਹੈ ਤਾਂ ਮੈਂ ਉਸ ਨੂੰ ਬਿਲਕੁਲ ਐਕਸੈਪਟ ਨਹੀਂ ਕਰਦਾ ਜਿਵੇਂ ਮੈਂ ਗੱਲ ਕਰਾਂ ਇੱਕ ਫਿਲਮ ਦੀ ਇੱਕ ਕੁੜੀ ਪੰਜਾਬ ਦੀ ਦੀ ਨਾ ਇਹ ਉਸ ਫਿਲਮ ਦਾ ਬੜਾ ਕੰਟਰੋਵਰਸ਼ਲ ਸਬਜੈਕਟ ਸੀਗਾ ਮਤਲਬ ਇੱਕ ਕੁੜੀ ਦੀ ਗੱਲ ਕਰ ਰਹੇ ਹਾਂ ਜਿਹੜੀ ਬਰਾਬਰੀ ਮੰਗ ਰਹੀ ਸਮਾਜ ਦੇ ਵਿੱਚ ਆਪਣੀ ਕੱਲੀ ਕੁੜੀ ਹੈ ਔਰ ਉਹ ਇਹ ਕਹਿ ਰਹੀ ਹੈ ਕਿ ਮੈਂ ਉੱਥੇ ਵਿਆਹ ਕਰਾਂਗੀ ਜਿਹੜਾ ਮੇਰੇ ਘਰ ਰਹਿਣਾ ਪਸੰਦ ਕਰੇ ਕਰ ਜਵਾਈ ਬਣ ਰਹਿਣਾ ਪਸੰਦ ਕਰੇ ਇਹ ਹੁਣ ਥੌਟ ਆਪਣੇ ਆਪ ਚ ਇਸ ਵੇਲੇ ਜਿਹੜਾ ਜਿਹੜਾ ਮੇਲ ਜਿਹੜਾ ਆਡੀਅנס ਹੈ ਨਾ ਸਾਡੀ ਸਪੈਸਿਫਿਕਲੀ ਯੰਗਸਰਸ ਨੇ ਉਹਨਾਂ ਨੇ ਬਹੁਤ ਸਟਰੋਂਗਲੀ ਰਿਐਕਟ ਕੀਤਾ ਮੇਰੇ ਆਪਣੇ ਜਾਣ ਪਛਾਣ ਦੇ ਵਿੱਚ ਵੀ ਆਸੇ-ਪਾਸੇ ਸਾਰੇ ਨੇ ਕਿਹਾ ਨਹੀਂ ਜੀ ਇਸ ਤਰ੍ਹਾਂ ਥੋੜਾ ਹੁੰਦਾ ਹੈ ਫਿਰ ਲੀਸ ਤੋਂ ਬਾਅਦ ਜੇ ਚੱਲ ਹੀ ਰਹੀ ਸੀ ਸੈਕਿੰਡ ਥਰਡ ਵੀਕ ਸੀ ਮੈਨੂੰ ਫੋਨ ਆਇਆ ਕੈਨੇਡਾ ਚੋਂ ਇੱਕ ਇੱਕ ਸੇ ਲੇਡੀ ਦਾ ਫੋਨ ਸੀਗਾ ਔਰ ਉਹਦੇ ਫੋਨ ਚੱਕਿਆ ਮੈਂ ਨਾਲ ਗੱਲ ਕਰਦੀ ਕਹਿੰਦੀ ਤੁਸੀਂ ਕੌਣ ਮਨਮੋਹਨ ਸਿੰਘ ਬੋਲ ਰਹੇ ਹੋ ਮੈਂ ਕਹਾ ਜੀ ਹਾਂ ਤੇ ਕਹਿੰਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਇਹ ਫਿਲਮ ਬਣਾਈ ਹੈ ਤੁਸੀਂ ਇਹਦੇ ਵਿੱਚ ਕੁਝ ਚੀਜ਼ ਗਲਤ ਦੱਸੀ ਹੈ ਸੋ ਆ ਵੀ ਸ਼ੌਕ ਤੇ ਮੈਂ ਕਿਹਾ ਕਿ ਲੇਡੀ ਤੂੰ ਇਹ ਮੈਂ ਕਿਹਾ ਦੱਸੋ ਮੈਂ ਕੀ ਗੱਲ ਦੱਸਿਆ ਤੇ ਫਿਰ ਉਹ ਰੋਣ ਲੱਗ ਪਈ ਥੋੜੇ ਦੇ ਰੋਕੇ ਬੋਲੀ ਕਹਿੰਦੀ ਗੱਲ ਇਹ ਐ ਵੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਅਸੀਂ ਪੰਜਾਬੀ ਇਹ ਤਾਂ ਦੋਗਲੇ ਹੋ ਗਏ ਆ ਕਿ ਅਸੀਂ ਅੰਦਰੋਂ ਹੋਰ ਆ ਬਾਹਰੋਂ ਹੋਰ ਆ ਜੋ ਨਾਲੇ ਰੋਈ ਜਾਵੇ ਨਾਲੇ ਬੋਲੀ ਜਾਵੇ ਮੈਂ ਕਹਾਂਗੇ ਅਸੀਂ ਕੀ ਗੱਲ ਹੋ ਗਈ ਕਹਿੰਦੀ ਸਾਥੀ ਕੈਨੇਡਾ 'ਚ ਵੀ ਰੌਲਾ ਪਿਆ ਹੋਇਆ ਕਹਿੰਦੇ ਜੀ ਘਰ ਜਵਾਈ ਦੇ ਐਂ ਥੋੜਾ ਹੁੰਦਾ ਹੁੰਦਾ ਪੰਜਾਬ 'ਚ ਵੀ ਰੌਲਾ ਹੋਇਆ ਬੜੇ ਇਥੇ ਲੋਕਾਂ ਨੇ ਉਸਰ ਕੁਇਸਾਈਜ਼ ਕੀਤਾ ਕਹਿੰਦੀ ਤੁਸੀਂ ਇਹ ਕਿਉਂ ਨਹੀਂ ਦੱਸਿਆ ਇਸ ਫਿਲਮ ਦੇ ਵਿੱਚ ਕਿ ਜਿਹੜੇ ਬੰਦੇ ਵਿਆਹ ਕਰਾ ਕੇ ਬਾਰ ਜਾਂਦੇ ਆ ਕੈਨੇਡਾ ਜਾਂਦੇ ਆ ਉਹ ਕੀ ਹੈ ਉਹ ਕਰਜਵਾਈ ਨਹੀਂਗੇ ਉਹ ਉਥੋਂ ਆਉਂਦੇ ਆ ਵਿਆਹ ਕਰਾਉਂਦੇ ਆ ਸਾਡੇ ਨਾਲ ਰਹਿੰਦੇ ਆ ਸਾਡੇ ਘਰ ਚ ਰਹਿੰਦੇ ਆ ਅਸੀਂ ਉਹਨਾਂ ਨੂੰ 5 5 7 7 ਸਾਲ ਰੱਖਦੇ ਆ ਉਹਨਾਂ ਦੇ ਬਿਜ਼ਨਸ ਡਿਵੈਲਪ ਕਰਦੇ ਆ ਉਹਨਾਂ ਨੂੰ ਜੋਬਸ ਦਿੰਨੇ ਆ ਹੌਲੀ ਹੌਲੀ ਫਿਰ ਉਹ ਆਪਣੇ ਪੈਰਾਂ ਤੇ ਸੈੱਟ ਹੁੰਦੇ ਆ ਇਹ ਕਹਿੰਦੇ ਕਰਜਵਾਈ ਨਹੀਂਗੇ ਕਹਿੰਦੇ ਮੇਰੇ ਘਰ ਵਾਲਾ ਇਫ ਫਿਲਮ ਦੇਖੀ ਮੇਰੇ ਨਾਲ ਫਿਲਮ ਦੇਖੀ ਔਰ ਫਿਲਮ ਦੇਖਣ ਤੋਂ ਬਹੁਤ ਬੋਲਦਾ ਕਿ ਐ ਥੋੜਾ ਹੁੰਦਾ ਹੁੰਦਾ ਔਰ ਮੇਰਾ ਉਹਦੋਂ ਝਗੜਾ ਚੱਲ ਰਿਹਾ ਹੈ ਕਿ ਤੂੰ ਜਦੋਂ ਆਇਆ ਸੀਗਾ ਤੂੰ ਮੈਂ ਅਸੀਂ ਤੈਨੂੰ ਵਿਆਹ ਕੇ ਲੈ ਆਏ ਸੀ ਤੂੰ 5 ਸਾਲ ਮੇਰੇ ਘਰ ਰਿਹਾ ਉਹਦੋਂ ਕੀ ਸੀਗਾ ਤੂੰ ਘਰ ਜਾਈ ਨਹੀਂ ਸੀਗਾ ਮਨ ਜੇ ਆਫ ਦਾ ਟਰੈਕ ਕੰਮ ਦੀਆਂ ਗੱਲਾਂ ਤੇ ਬਹੁਤ ਹੋ ਗਈਆਂ ਪਰ ਹੋਮਿਓਪੈਥੀ ਤੇ ਨਾਲ 뮤직 ਅੱਜ ਵੀ ਕਿੰਨਾ ਕੋ ਨੇੜੇ ਰਹਿੰਦਾ ਮੇਰੇ 뮤직 ਔਰ ਮਿਊਜ਼ਿਕ ਤਾਂ ਮੈਂ ਸਿੱਖਿਆ ਹੈ ਜੀ ਸੋ ਹਮੇਸ਼ਾ ਰਹੇਗਾ ਨਾਲ ਮੈਂ ਕਾਫੀ ਗਾਇਆ ਵੀ ਹੈ ਸ਼ੁਰੂ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਦੋਨੇ ਚੀਜ਼ਾਂ ਨਹੀਂ ਨਾਲ-ਨਾਲ ਚੱਲ ਸਕਦੀਆਂ ਸੋ ਆਇ ਆਪਟਿਡ ਫॉर ਸਿਨੇਮਾ ਫਿਲਮ ਮੇਕਿੰਗ ਔਰ ਹੋਮੋਪੈਥੀ ਵੈਸੇ ਮੈਨੂੰ ਸ਼ੌਕ ਹੈ ਮੈਂ ਕਹਿ ਸਕਦਾ ਕਿ ਮੈਂ 15 20 ਸਾਲ ਤੋਂ ਐਲੋਪੈਥੀ ਨਹੀਂ ਲਈ ਮੈਂ ਖੁਦ ਹੀ ਕਰਦਾ ਤੇ ਜਿਹੜੇ ਸਰੋਤੇ ਨਹੀਂ ਜਾਂਦੇ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਹੀ ਫਿਲਮ ਵਾਰਿਸ ਦਾ ਗੀਤ ਬੜਾ ਪਪੂਲਰ ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ ਮੰਜੀ ਨੇ ਗਾਇਆ ਮੰਜੀ ਜੰਦੇ ਨਾ ਚਾਹਾਂਗੇ ਜੇ ਤੁਸੀਂ ਕੁਝ ਹਲਕਾ ਜਿਹਾ ਗੂੰਗੁਨਾ ਦੇਓ ਕਿਉਂਕਿ 올 ਟਾਈਮ ਫੇਵਰਟ ਹੈ ਮੇਰਾ ਵੀ ਤੇ ਸਾਰੇ ਹੁੰਦੇ ਓ ਮੇਰੇ ਪਿਆਰ ਕੀ ਉਮਰ ਹੋ ਇਤਨੀ ਸਨਮ ਤੇਰੇ ਨਾਮ ਸੇ ਸ਼ੁਰੂ ਤੇਰੇ ਨਾਮ ਤੇ ਖਤਮ मेरे प्यार की उमर हुई इतनी सनम